ਕਾਰਨ ਦੇ ਰਾਜ ਕਰਦੇ ਆ, ਕਿਉਂਕਿ ਅਸਲੀ ਪਾਵਰ ਉਹਨਾਂ ਉੱਤੇ ਹੁੰਦੀ ਹੈ। ਦੇਖੋ ਇੰਨੇ ਸਾਲਾਂ ਬਾਅਦ ਤੁਹਾਡਾ ਹਲਕਾ ਬਣ ਗਿਆ ਉਹ 104-105 ਚ, ਤੁਹਾਨੂੰ ਪਤਾ ਫਿਰਦਾ ਆਪਣੀ ਸਰਕਾਰ ਬਣਦੇ ਦੋ ਜਦੋਂ ਸਰਕਾਰ ਬਣ ਗਈ ਤੁਸੀਂ ਮੈਨੂੰ ਪੁਰਾਣਾ ਪਰਮੋੜਾ ਦੇ ਦਿਓ, ਦੋ ਸਾਲਾਂ ਬਾਅਦ ਬ੍ਰੈਂਡ ਨਿਊ ਨਵਾਂ ਵਧੀਆ ਸਰਕਾਰ ਦਾ ਪਰਮੋੜਾ ਦੇ ਦਿਓ। ਤੁਸੀਂ ਦੇਖ ਲਿਓ ਪਰਮੋੜਾ ਹਲਕੇ ਦੇ ਸਾਰੇ ਪਿੰਡਾਂ ਵਿੱਚ ਸੀਮੈਂਟ ਦੀਆਂ ਗਲੀਆਂ ਹੋ ਗਈਆਂ, ਸਾਰੇ ਪਿੰਡਾਂ ਸੀਵਰੇਜ ਦੇ ਉੱਪਰ, ਸਾਰੇ ਪਿੰਡਾਂ ਸਟਰੀਟ ਲਾਈਟਾਂ ਹੋ ਗਈਆਂ, ਸਾਰੇ ਪਿੰਡਾਂ ਘਰ ਘਰ ਪੀਣ ਵਾਲੇ ਪਾਣੀ ਦੀ ਪਾਈਪ ਹੋਊਗੀ, ਮੈਂ ਗਰੰਟੀ ਦਿੰਦਾ ਤੁਹਾਨੂੰ। ਕੋਈ ਸੜਕ ਕੱਚੀ ਨਹੀਂ ਰਹਿਣ ਦਊਗਾ, ਸਾਰੀਆਂ ਪੱਕੀਆਂ ਸੜਕਾਂ ਆਉਣਗੀਆਂ, ਸਕੂਲ ਆ ਜਾਣਗੇ ਤੇ ਵੱਡੀ ਗੱਲ ਹੈ।